सजन हसी सड़िया बोले सोनिया
ਆਇਆ ਸੋ ਚੱਲ ਸੀ ਸਭ ਕੋ ਵਾਹੀ ਵਾਰੀ ਹੋਈ। ਇੱਥੋਂ ਤਾਂ ਕਿਹਾ ਗਿਆ ਹੈ ਕਿ ਰਾਮ ਜੋ ਜਾਗਾ ਬਹੁ ਪਰਿਵਾਰ ਕਹੋ ਨਾਨਕ ਤੇ ਕਸ਼ਨੇ ਸੁਪਨੇ ਜੋ ਸੰਸਾਰ। ਸੋ ਉਸ ਅਕਾਲ ਪੁਰਖ ਦੇ ਭਾਣੇ ਅਨੁਸਾਰ ਇਸ ਸੰਸਾਰ ਵਿੱਚ ਆਪਣਾ ਕਰਮ ਕਰਨ ਤੋਂ ਬਾਅਦ ਉਸਦੇ ਹੁਕਮ ਅਨੁਸਾਰ ਦੀ ਮਾਤਾ ਜੀ ਮਾਤਾ ਮੋਦੀਆ ਕੋਲ ਦੀ ਪਰਮਾਤਮਾ ਦੇ ਚਰਨਾਂ ਜਾ ਕੇ ਵਧੀ ਹੋ ਗਿਆ ਅਨੁਰਾਜ ਗਿਆ। ਸੋ ਅੱਜ ਸਾਰੇ ਆਪਾਂ ਉਹਨਾਂ ਦੇ ਨਿਮਿੱਤ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਨ ਲਈ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਪੱਤਰ ਚੁੱਕੇ ਹਨ। ਇਸ ਪਰਿਵਾਰ ਸਰਦਾਰ ਸਿੰਘ ਸਰਜਿੰਦਰ ਸਿੰਘ ਉਹਨਾਂ ਦੇ ਘਰੋਂ ਤਲ ਪਤਨੀਆਂ ਬੱਚੇ ਬੱਚੀਆਂ ਸਾਰੇ ਇੱਕ ਮੁੱਠੋ ਕੇ ਮਾਤਾ ਪਿਤਾ ਦੇ ਸੰਦੇਸ਼ ਨੂੰ ਹਮੇਸ਼ਾ ਅੱਗੇ ਤੋਰਿਆ। ਮੇਰੇ ਲਈ ਇਹ ਪਰਿਵਾਰ ਦੁੱਖ ਸੁੱਖ ਸਰੀਰ ਦੇ ਕੱਪੜੇ ਕੋਈ ਭੋਗੇ ਸਭ ਨੇ ਭੋਗਣਾ ਮੌਤ ਕਿੱਦਾਂ ਹੋਈ ਕੀ ਕਾਰਨ ਸੀ ਕੀ ਬਿਮਾਰੀ ਸੀ ਕਿਹੜੇ ਹਾਲਾਤ ਸਨ। ਪਰਿਵਾਰ ਨੇ ਸਰ ਮਹਿੰਦਰ ਸਿੰਘ ਹੋਣਾ ਵੀ ਕਿਲੇ ਸਮੇਂ ਜੋ ਬਿਮਾਰੀ ਸੀ ਮਾਤਾ ਜੀ ਦਾ ਜੋ ਪ੍ਰੋਬਲਮ ਸੀ ਉਸਨੂੰ ਖਿੜੇ ਮੱਥੇ ਬਰਦਾਸ਼ਤ ਕਰਕੇ ਮਾਤਾ ਪਿਤਾ ਸਮਝ ਕੇ ਪਰਮੇਸ਼ੁਰ ਸਮਝ ਕੇ ਕਿਉਂਕਿ ਸਭ ਤੋਂ ਪਹਿਲਾਂ ਮਾਤਾ ਪਿਤਾ ਹੀ ਜਨਮ ਦਿੰਦੇ ਉਹਨਾਂ ਦੀ ਸੇਵਾ। Yeah.
ਹੋ ਸਜਣ ਅਸੀਸ ਜੋ ਵੈਸਾ ਸਾਹਿਬ
ਕਹਿੰਦੇ ਜੀ ਕਦਰ ਇਹ ਜੀਵ ਆਤਮਾ ਪਤੀ ਕੇਵਲ ਤੇਰੇ ਕਰਕੇ ਹੈ ਮੇਰੀ ਕਦਰ ਇਹ ਦੇਹ ਇਹ ਕਾਇਆ ਆਇਆ ਸਾਹਿਬ ਜੀ ਕਹਿੰਦੇ ਸੁਖ ਵਾਸੀ ਤੇਰੇ ਨਾਲ ਹੀ ਮੈਂ ਸਾਰੇ ਸਾਰੇ ਮਾਣ ਬਾਲ ਵਾਲੀ ਇਹ ਜਾਣ ਤੋਂ ਪਿਆਰੇ ਇਹ ਲਾਡਲੇ ਇਹ ਪਿਆਰੇ ਤੁਝੇ ਬਿਨਾਂ ਮੌਕੇ ਤੇ ਹੀਣਾ ਲੇਖਾ ਮੈਂ ਕਿਸੇ ਬੇਠੇ ਚੌਖੇ ਵਿੱਚ ਨਹੀਂ ਰਹਿ ਜਾਣਾ ਮੇਰੀ ਕੱਖ ਕੀਮਤ ਨਹੀਂ ਪੈਣੀ ਤੇਰੇ ਚੁੱਕਿਆ ਤੁਝੇ ਬਿਨਾਂ ਹਾਂ ਕਹਿੰਦੇ ਹੀ ਨਾ ਦੇਖਾ ਇਹ ਜੀਵਾਤਮਾ ਪਤੀ ਜੇ ਤੂੰ ਮੇਰੀ ਦੇਹ ਕਾਇਆ ਦੇ ਨਾਲ ਮੇਰੇ ਕੋਲ ਵੱਸਦਾ ਹੈ ਨਾ ਤੇ ਮੇਰੀ ਕਦਰ ਨਹੀਂ ਤੇ ਤੁਝੇ ਬਿਨਾਂ ਹਾਂ ਕਹਿੰਦੇ ਹੀ ਨਾ ਦੇਖਾ ਇਸ ਲਈ ਮੇਰੇ ਨਾਲ ਇੱਕ ਵਾਅਦਾ ਮੈਨੂੰ ਵਚਨ ਦੇ ਤੇ ਉਹ ਵਚਨ ਕੀ ਹੈ ਇਹ ਦੇਹ ਕਾਇਆ ਪਤਨੀ ਜੀਵਾਤਮਾ ਪਤੀ ਨੂੰ ਆਖਦੇ ਵਚਨ ਦੇ ਮੇਰੇ ਨਾਲ ਵਾਅਦਾ ਕਰ ਕਿਹੜਾ ਵਾਅਦਾ ਕਹਿੰਦੀ ਛੋੜ ਨਾ ਜਾਸਾ ਵੀ ਤੂੰ ਮੈਨੂੰ ਕਦੇ ਛੱਡ ਕੇ ਨਹੀਂ ਜਾਣਾ ਤੇ ਅੱਗੋਂ ਜੀਵਾਤਮਾ ਪਤੀ ਉਹ ਜਵਾਬ ਦਿੰਦਾ ਉਹ ਆਖਿਆ ਕਿ ਮੈਂ ਤੇ ਉਸੇ ਮਾਲਕ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੇ ਹੁਕਮ ਦਾ ਬੱਚਾ ਹੋ ਗਿਆ ਤੇਰੇ ਵਰਗੇ ਸਰੀਰ ਮੈਂ ਪਤਾ ਨਹੀਂ ਕਿੰਨੇ ਕੁ ਹੁੰਦਾ ਜਿਹੜੀ ਗੱਲਾਂ ਬਾਬਾ ਫਰੀਦ ਜੀ ਨੇ ਵੀ ਆਖਿਆ ਜਿਸ ਆਸਣਾ ਹੁਣ ਬੈਠੇ ਬੈਠੇ ਤੇ ਬੈਸ ਗਿਆ ਬਣਿਆ ਜਾਂ ਕਈ ਜਨਮ ਪੈ ਜੀਵਨ ਪਤੰਗਾ ਕਈ ਜਨਮ ਕਾਜੂ ਵੀਰ ਕੁਲ ਸਰੀਰ ਪਤਨੀ ਨੂੰ ਕਾਇਆ ਪਤਨੀ ਨੂੰ ਸਮਝ ਰੱਖਦਾ ਵੀ ਮੈਂ ਤੇ ਉਸ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਦੇ ਹੁਕਮ ਦਾ ਬੱਚਾ ਬਣਿਆ ਫਿਰ ਕਹਿਆ ਹੁਕਮੀ ਬੰਦਾ ਉਹ ਭਾਰੋ ਠਾਕੁਰ ਜਿਸ ਤਾਣ ਨਾ ਛੰਦਾ ਉਹਨੂੰ ਕਿਸੇ ਦੀ ਮਥਾਜਗੀ ਨਹੀਂ ਉਹ ਪਰਮੇਸ਼ਰ ਨੂੰ ਕਿਸੇ ਦੀ ਕਾਣ ਨਾ ਉਹ ਆਪਣੀ ਮਰਜ਼ੀ ਕਰਦਾ ਤੇ ਉਹਦੀ ਮਰਜ਼ੀ ਹਰੇਕ ਤੇ ਚੱਲਦੀ ਹੈ ਇੱਥੇ ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ ਕਿਉਂਕਿ ਆਪਾਂ ਬੇਸ਼ੱਕ ਆਖਦੇ ਹਾਂ ਵੀ ਆਹ ਫਲਾਣਾ ਅਜੇ ਸਮਾਂ ਨਹੀਂ ਸੀ ਫਲਾਣੇ ਦੇ ਜਾਣ ਦਾ ਅਜੇ ਬੜਾ ਸਮਾਂ ਸੀ ਪਰ ਸਾਹਿਬ ਜੀ ਕਹਿੰਦੇ ਭਲਿਆ ਸਮਾਂ ਆਇਆ ਸਰੀਰ ਤਰਲੇ ਲੈ ਰਿਹਾ ਜੀਵਾਤਮਾ ਵੀ ਮੇਰੇ ਨਾਲ ਵਾਅਦਾ ਕਰ ਵਚਨ ਦੇ ਤੇ ਮੈਨੂੰ ਤੂੰ ਛੱਡ ਕੇ ਨਹੀਂ ਜਾਣੀ ਕਰ ਕਿਉਂਕਿ ਤੁਝੇ ਬਿਨਾਂ ਹੁਣ ਕਿਤੇ ਹੀ ਨਾ ਲਿਖਿਆ ਵਚਨ ਦੇ ਛੋੜ ਨਾ ਜਾ ਸਕੇ ਅਤੇ ਫਿਰ ਕਹਿਆ ਉਹ ਹੁਕਮੀ ਬੰਦਾ ਉਹ ਭਾਰ ਉਠਾ ਕਰ ਮੈਂ ਤਾਂ ਉਹਦੇ ਹੁਕਮ ਵਿੱਚ ਰਹਿਣ ਵਾਲਾ ਉਹਦਾ ਹੁਕਮੀ ਬੰਦਾ ਹੈ ਉਹਦੇ ਹੁਕਮ ਦਾ ਗੁਲਾਮ ਹਾਂ ਰੱਬ ਦਾ ਜਿਸ ਚਿਰ ਔਰ ਫਿਰ ਹੀ ਸੰਗ ਮੰਗਦਾ ਉਹ ਬਾਤ ਜਾਣੇ ਕਰ ਹਾਸਾ ਹੀ ਹੌਲ ਵਾਲੀ ਗੱਲ ਸੁਣਦੇ ਜੀਵਾਤਮਾ ਪਤਮਾ ਜਦੋਂ ਮਾਲਕ ਦਾ ਹੁਕਮ ਆ ਗਿਆ ਆਈ ਆ ਗਿਆ ਪਿਰੇ ਬੁਲਾਇਆ ਨਾ ਧਨ ਪੁੱਛੀ ਉਹਨੇ ਧਨ ਨਾ ਭਾਵ ਇਸ ਸਰੀਰ ਦੇਹੀ ਨੂੰ ਪੁੱਛਣਾ ਨਹੀਂ ਜੀਵਾਤਮਾ ਪਤੀ ਦਾ ਇਸ ਸਰੀਰ ਨੂੰ ਦੇਹੀ ਦੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਹੋਣਾ ਨਾ ਧਨ ਪੁੱਛੀ ਨਾ ਮਤਾ ਪਕਾਇਆ ਕੋਈ ਸਲਾਹ ਮਸ਼ਵਰਾ ਨਹੀਂ ਹੋਵੇਗਾ ਨਾ ਧਨ ਪੁੱਛੀ ਨਾ ਮਤਾ ਪਕਾਇਆ ਉਹਦੇ ਹੁਕਮ ਦੇ ਵਿੱਚ ਇਸ ਸੰਸਾਰ ਦਾ ਪਰਮੇਸ਼ਰ ਦਾ ਜਦੋਂ ਫਿਰ ਕੋਈ ਜੀਵਾਤਮਾ ਆਖਦਾ ਹੁਕਮ ਆ ਗਿਆ ਤੁਹਾਡੀ ਦੇ ਨਾਨਕ ਮਿਥਨ ਮਹਾਰਸ਼ਾ ਹੈ ਉਦੋਂ ਇਹ ਜੀਵਾਤਮਾ ਤੂੰ ਤੇਰੀ ਕੋਈ ਕਦਰ ਨਹੀਂ ਰਹਿਣੀ ਇਹ ਸੱਚ ਹੈ ਇਹ ਤੂੰ ਮਿੱਟੀ ਦੀ ਢੇਰੀ ਵਾਂਗ ਉੜ ਕੇ ਰਹਿ ਲੈ ਉਹ ਸਵਾਸ ਪੂਰੇ ਕਰਨੇ ਪੈਣੇ ਨੇ ਕਿਉਂਕਿ ਉਹ ਮਾਲਕ ਨੇ ਉਹ ਸਵਾਸ ਗਿਣਤੀ ਮਿਣਤੀ ਦੇ ਕੇ ਸੰਸਾਰ 'ਤੇ ਭੇਜਿਆ ਗਣ ਘਾਲਿਆ ਜਦੋਂ ਘਾਲਿਆ ਹੈ ਭੇਜਿਆ ਹੈ ਸੰਸਾਰ 'ਤੇ ਉਦੋਂ ਗਿਣਤੀ ਮਿਣਤੀ ਦੇ ਸਵਾਸ ਅਤੇ ਗਿਣਤੀ ਮਿਣਤੀ ਦੇ ਦਿਨ ਦੇ ਕੇ ਭੇਜਿਆ ਹੋਇਆ ਗਣ ਘਾਲਿਆ ਸਭ ਦਿਨ ਦਿਵਸ ਸਵਾਸ ਨਹਿ ਵੱਢਣ ਘੱਟਣ ਤਿਲ ਸਾਰ ਇੱਕ ਤਿਲਾਂ ਦੇ ਦਾਣੇ ਜਿਹੜੇ ਨੇ ਇਹ ਵੱਧਦੇ ਅਤੇ ਘੱਟਦੇ ਨਹੀਂ ਅਤੇ ਨਾ ਕਿਸੇ ਦੀ ਤਾਕਤ ਹੈ ਕਿਸੇ ਸੰਤ ਬਾਬੇ ਦੀ ਕਿਸੇ ਕਰਾਮਾਤੀ ਸ਼ਕਤੀ ਦੀ ਤਾਕਤ ਨਹੀਂ ਵੱਢਣ ਘੱਟਣ ਤਿਲ ਸਾਰ ਇੱਕ ਤਿਲਾਂ ਦੇ ਦਾਣੇ ਜਿਹੜੇ ਨੇ ਵੱਧਿਆ ਇਹ ਵੱਧਣੇ ਘੱਟਣੇ ਨਹੀਂ ਕਿਉਂਕਿ ਉਹ ਅਕਾਲ ਪੁਰਖ ਪਰਮੇਸ਼ਰ ਕਰਤਾ ਪੁਰਖ ਮਾਲਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਦੋਂ ਸੰਸਾਰ ਵਿੱਚ ਆਏ ਹਾਂ ਅਤੇ ਮਰਨ ਲਿਖਾਏ ਮੰਡਲ ਬਣਿਆ ਅਤੇ ਇਹ ਮੌਤ ਦਾ ਦਿਨ ਜਿਹੜਾ ਸੰਮਤ ਸਾਹਾ ਲਿਖਿਆ ਇਹ ਲਿਖਾ ਕੇ ਆਏ ਇਹ ਸਾਨੂੰ ਭੁੱਲ ਸਕਦਾ ਹੈ ਜੀਵਾਤਮਾ ਭੁੱਲ ਸਕਦੀ ਹੈ ਪਰ ਜਿਹਨੇ ਭੇਜਿਆ ਉਹ ਉਹਦੇ ਵਿੱਚ ਸਰੀਰ ਉਹਦੇ ਹੁਕਮ ਦੇ ਵਿੱਚ ਸੰਸਾਰ ਵਿੱਚ ਹੁੰਦੇ ਨੇ ਉਹਦਾ ਹੁਕਮ ਵਾਪਰਦਾ ਹੈ ਅਤੇ ਮਨੁੱਖ ਦਾ ਜਨਮ ਹੁੰਦਾ ਹੈ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਹੋਏ ਉਹਦੇ ਪਾਣੀ ਵਿੱਚ ਜੀਵ ਹੁੰਦਾ ਹੈ ਉਹਦੇ ਪਾਣੀ ਵਿੱਚ ਸੰਸਾਰ ਤੋਂ ਕੂਚ ਕਰ ਜਾਂਦਾ ਹੈ ਇਸ ਅਟਲ ਸੱਚਾਈ ਦਾ ਜਿਹੜਾ ਹੈ ਉਹ ਸਵੀਕਾਰ ਕਰਨਾ ਹੀ ਪੈਂਦਾ ਅਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੰਦਿਆ ਤੂੰ ਕਿਸ ਬਾਗ ਦੀ ਮੂਲੀ ਹੈ ਇੱਥੇ ਵੀ ਆਪਣੇ ਆਪ ਨੂੰ ਭਗਵਾਨ ਆਪਣਾਉਣ ਵਾਲੇ ਪੈਗੰਬਰ ਆਪਣਾਉਣ ਵਾਲੇ ਵੀ ਅਤੇ ਤਕੜੇ ਤਕੜੇ ਧਨਾੜ ਇਸ ਸੰਸਾਰ ਤੋਂ ਸਾਰੇ ਚਲੇ ਜਾਂਦੇ
सतगुरु जी ने भोग के श्लोक आपके घर में भी सरवण किए होंगे। सतगुरु एक बहादुर पातशाह आखते हैं राम वयो जिन्होंने लोग भगवान कह के पूछते हैं शरीर करके वही चले गुरु पीर पैगंबर भी चले गए राम वयो रामन वयो जान क्यों बहु परिवार बड़े बड़े परिवार माल जोड़े ने वो भी चले गए थे बंदे उन्होंने सामने रब्बी पैगंबर के सामने तेरी भाणा हरेक में मनना पैदा है तो वाह वास्ता ही कोई चारा ही नहीं करता जिन्होंने सतगुरु पातशाह महाराज सुखनी साहब के अंदर आते हैं ना जिस ठाकुर सो ना ही चारा ताको पीजे सत नमस्कार ये नमस्कार करनी कर पाऊंगा ये चारा ही करना चाहता ये सुहेला कहने कहाना देखो पावे इस सुहेला इस सौखा एक कह देना भाणा मान लेना पर सह कहते हैं भाणा मनना पैदा उन्हें पता मनना पैदा पता होता है पर साढ़े को समागम जीवन को जिदे किसी के दो सुख पाते हैं शब्द यही कह सकते हैं भाणा मान हौसला हौसला देने वाले इस अंतर अरदास शामिल होकर सारे अरदास करते प्रमाण होगी कि आप सारे इस रूह के बरसाए अरदास करें कि सतगुरु जी कृपा करो आवागमन चमक तो बचा के अपने चरणों में निवास वास करो सतगुरु रहमत कर विश्री हुई आत्मा कल्याण कर परिवार में भाणा मान के बाद समर्था बख्शो कर और श्री गुरु ग्रंथ साहब की जापा कृपाणा की संपूर्णता जी भुला करता जी माफी वाहेगुरु जी का खालसा वाहेगुरू जी सतनाम श्री वाहिगुरु साहिब जीओ राम कली महला तीजा आनंद को ओंकार सतगुरु प्रसाद आनंद पिया मेरी माए सतगुरु मैं पाया सफलता पाया सहज सहती मन दिया बाधाइया मन मेरे तू सब विसारना अंगीकार साचे साहिबा क्या मन घर तेरा घरता तेरा सब कुछ है जिस देश को पावे सदा सिख सदा तेरी नाम मन वसावे नाम जिनके मन वसिया बाजी कनेरे कह नानक सच्चे साहिब क्या नाही घर तेरा साचा नाम गुरु आधारो साच नाम आधार मेरा है भुखा सब दवाइया कर शांत सुख मरा वसिया जिन्हें इच्छा सब को जाइया सदा कुर्बान किया गुरु मिटो जिस दिया विले आईया कह नानक सो संतोष बंधरो पे आरो साचा नाम गुरु आधारो वाजे पंच शब्द तित कर सुभागै कर सुभागै शब्द वाजे कर धारिया पंच दूत तुद वस कीते काल कंठ कुमारिया कर करम पाया तुद जिन कहो उसे नाम हर पै लागे कह नानक तै सुख होआ तित कर अनंग दरवाजे अनिल सुनो बड़भागियो सब मनोरथ पूरे पार बार करम पाया त्रे सुरे सूरे दुख रोग संताप त्रे सुनी सच्ची बाणी संत साजन पे सरस्य पूरे पुरते जान सुनते पुनीत कहते पुरित सतगुर रहे अपर पूरे बिनवंत नानक गुरु चरण लागे वाजे अनहद दूरे सुनते पुनीत कहते पुरित सतगुर रहे अपर पूरे बिनवंत नानक गुरु चरण लागे वाजे अनहद दूरे वाहेगुरु जी का खालसा वाहेगुरु जी की फतेह तुदे आ गए गुरु जी वाहेगुरु एक ओंकार वाहेगुरु जी की फतेह श्री भगवती जी सहाय वाहेगुरु भगवती जी की पातशाही दसवीं प्रथम भगवती सिंह कह गुरु नानक माई ध्याय ग्रंथ भगवती अरदास राम दस सहाय अर्जुन हर गोबिंद सिंह राम श्री हर राय श्री हर कृष्ण के अग्गै जिस बिठे सब दुख जाए तेग बहादुर सिंह रहा ਘਰ ਨਾਟ ਦੇ ਆਵੇ ਧਾਰੇ ਸਭ ਥਾਈਂ ਹੋਏ ਸਹਾਈ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ ਦਸਵਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਿਤਾਬ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਮਝਾਦਿਆਂ ਚੜ੍ਹੀਆਂ ਹੁੰਦੀਆਂ ਪੱਠੀਆਂ ਜਗੀਆਂ ਤੱਕੀਆਂ ਜਿਹਨਾਂ ਨਾਮ ਜਪਿਆ ਵੰਡ ਛੱਪਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਣਡਿਠ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘੀਆਂ ਨੇ ਧਰਮਹੀਤ ਸੀਸ ਦਿੱਤੇ ਬੰਦਵਾਨ ਕਟਾਏ ਖੋਪੜੀਆਂ ਰੁਹਾਈਆਂ ਚੱਕੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ
प्रथम सरबत खालसा जी की अरदास है वाहे सरबत खालसा जी को वाहिगुरु 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 चेता वे चरदान बसत खालसा रसों को वे जहाँ जहाँ खालसा साहिब तहाँ तहाँ हुशियारे आए देख देख फतेह बिरद की पैर पंथ की जीत श्री साहब जी सहाय खालसा जी के बोल बाले बोलो जी सिखा सखी दान केश दान लहत दान विवेक दान विसा दान भरोसा दान दाना संतान नाम दान श्री अमृत सर जी के इशान चमकीना झंडे होंगे जो जुग टल धर्म का जयकार बोलो जी सिखा का मन नियम मत जी मत का रखा भजे कर पंथ के सदा सहाय दान जियो श्री ननकाणा साहिब के होर गुरुद्वारे अमृतधामा के जहाँ तो पंथ में छोड़िया गया है खुले दर्शन दीदार से सेवा संभाल का दान खालसा जी बख्शो जी निवाणियों के मान नेताणियों के तान योगियों लोग सचे पिता वाहिगुरु धन सिंह श्री गुरु ग्रंथ साहब जी आप जी ने पावन चरण चरदास बेनती योगी की जाती है गरीब नवास सचे पातशाह आप जी के दर पर प्रीतवान स्वर्गवासी सरदार महेंद्र सिंह जी खंड वाले दिल की धर्म सतनी श्रीमती मोतिया कौर जी गरीब नवास सचे पातशाह बख्श भोगते हुए इस फानी संसार को कुछ करके ना गरीब नवास सचे पातशाह तिना की आत्मा के कल्याण वास्तव ਸਦੀਵੀ ਤੌਰ ਤੇ ਨਿਵਾਸ ਆਪਣੇ ਚਰਨਾਂ ਵਿੱਚ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਮੂਹ ਪਰਿਵਾਰ ਨੂੰ ਗੁਰਮਤ ਅਨੁਸਾਰ ਗੁਰਬਾਣੀ ਦੀ ਸਿੱਖਿਆ ਮੁਤਾਬਕ ਜ਼ਿੰਦਗੀ ਜਿਉਣ ਦੇ ਬਲ ਬਖਸ਼ਿਸ਼ ਕਰਨੀ ਆਮ ਸਿੰਘ ਸਹਾਇਤਾ ਕਰਨੀ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨਾ ਸਹਿਜੀ ਸਿਰ ਪਾਣੀ ਅੰਦਰ ਪਰਿਵਾਰ ਵੱਲੋਂ ਆਈਆਂ ਹੋਈਆਂ ਸਿਫਤ ਸੰਗਤਾਂ ਦੇ ਲਈ ਆਪ ਜੀ ਦੁਆਰਾ ਬਖਸ਼ਿਸ਼ ਕੀਤੇ ਭੰਡਾਰਿਆਂ 'ਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਿਵਾ ਕੇ ਆਦਿ ਕੀਤੀਆਂ ਨੇ ਆਪ ਜੀ ਦੇ ਦਰ ਪ੍ਰਵਾਨ ਹੋਵਣ ਪ੍ਰਵਾਨ ਹੋਏ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਵਾਈਆਂ ਸੰਗਤਾਂ ਦੇ ਲਈ ਗੁਰਦੇ ਲੰਗਰਾਂ ਦੀ ਸੇਵਾ ਹੋਣੀ ਹੈ ਇਹਨਾਂ ਭਾਵਨਾਵਾਂ ਤਹਿਤ ਸੇਵਾਵਾਂ ਹੋਣੀਆਂ ਨੇ ਸ਼ੁਭ ਭਾਵਨਾਵਾਂ ਸ਼ੁਭ ਮਨੋਰਥ ਗੁਰਮਤ ਮੁਤਾਬਕ ਸੰਪੋਧਕਾਂ ਨੇ ਆਪ ਜੀ ਨੇ ਸੁੰਦਰ ਪੁਸ਼ਾਕੇ ਭੇਟਾ ਕੀਤੇ ਗਏ ਨੇ ਪਿੰਡੀ ਕਾਲ ਕਰਨੀ ਗਰੀਬ ਨਿਵਾਸੀ ਦੇ ਪਾਤਸ਼ਾਹ ਗੁਰਦੁਆਰਾ ਸਿੰਘ ਸਭਾ ਮਾਡਲ ਪਾਉਣ ਵਾਸਤੇ ਅਤੇ ਸ਼ਹਿਰ ਦੇ ਵੱਖ ਵੱਖ ਧਰਮ ਸਥਾਨਾਂ ਵਾਸਤੇ ਵਿਛੜੀ ਹੋਈ ਆਤਮਾ ਦੀ ਯਾਦ ਨਰਜਿੰਤ ਮਾਇਆ ਦੇ ਵੱਡੇ ਅਰਥ ਕੀਤੇ ਨੇ ਜਿਹਨਾਂ ਭਾਵਨਾਵਾਂ ਤਹਿਤ ਸੇਵਾਵਾਂ ਹੋਈਆਂ ਨੇ ਭਾਵਨਾਵਾਂ ਗੁਰਮਤ ਮੁਤਾਬਕ ਸੰਪੂਰਨ ਕਰਨੀਆਂ ਤਨ ਮਨ ਧਨ ਕਰਕੇ ਕੀਤੀ ਗਈ ਸੇਵਾ ਥਾਂਏ ਪਾਉਣੀ ਸਹਿਬ ਜੀ ਸਪਤਾਈਆਂ ਹੋਈਆਂ ਸਿਫਤ ਸੰਗਤ ਅਤੇ ਸੇਵਕ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਪਾਵਨ ਪਵਿੱਤਰ ਰੁਕਨਾਮੀ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਾਂ ਅਨੁਸਾਰ ਜ਼ਿੰਦਗੀ ਨੂੰ ਦੇ ਵੱਲ ਬਖਸ਼ਿਸ਼ ਕਰਨੇ ਅੱਖਰ ਵਾਧਾ ਘਾਟਾ ਭੁੱਖ ਚੁੱਖ ਮਾਫ ਕਰਨੇ ਸਰਬੱਤ ਦੇ ਕਾਜੇ ਵਾਸ ਕਰਨੇ ਸਹੀ ਪਿਆਰੀ ਮੇਰ ਜਿਹਨਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਦਾ ਇਹਨੇ ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਿਲਾ ਨੌਵਾਂ ਤਿਹ ਜੋਗੀ ਕਉ ਜੁਗਤ ਨ ਜਾਨੋ ਮਾਹਿਮ ਪਛਾਨੋ ਤਿਹ ਜੋਗੀ ਕੋ ਜੁਗਤ ਨ ਜਾਨੋ ਲੋਭ ਮੋਹ ਮਾਇਆ ਮਮਤਾ ਸੁਨ ਜਿਹ ਘਟ ਮਾਹਿਮ ਪਛਾਨੋ ਰਹਾਉ ਪਰ ਨਿੰਦਾ ਉਸਤਤ ਨਹਿ ਜਾਂਦੈ ਕੰਚਨ ਲੋ ਸਮਾਨੋ ਹਰਖ ਸੋਗ ਤੇ ਰਹਿ ਅਤੀਤਾ ਜੋਗੀ ਤਾਹੀਂ ਬਖਾਨੋ ਚੰਚ
चंचल मन दह दिशो धावत अचल जाए ठहरन हो कहो नानक यह बिद को जो नर मुक्त ताही तुम मानो चंचल मन दह दिशो धावत अचल जाए ठहरन हो बिद को जो नर मुक्त ताई तुम मानो वाहिगुरु जी का खालसा वाहिगुरु जी की फतेह। इस समय तो विराजमान हो और सरदार गुरिंदर सिंह के फैसला रुकदार सिंह की इच्छा भी है कि समागम संकेत किया जाए कि इस गुरुद्वारा साहब के प्रबंधक प्रधान जी का भी सानू निर्देश है कि जे अजिहियां आंदियां असीं बाद दे विच कारवाई करदे हां उहनां नूं वी संकोचना चाहीदा है। सो आपां इस गल दी भली भांति जानकारी ही रखदे हां कि संसार सारा नाशवान है, जो आया सो चल सी सब को वारी वारी है। इत्थों तां कहा गया है कि राम जो जागा बहु परवार कहो नानक तेरे कृष्णे सुपने जो संसार। सो उस अकाल पुरख के भावें अनुसार इस संसार विच अपना कर्म करन तों बाद उसके हुक्म अनुसार ही माता जी माता मोतिया कौर जी परमात्मा के चरणों जाके वलीन हो गए हैं, अनुराग गए हैं। सो अज सारे आपां उहनां दे निमित्त परमात्मा के चरणों में अरदास करन लई अते परिवार की चढ़ती कला के लिए परमात्मा अगे अरदास करन लई पत्र चुके हैं। ਜਦੋਂ ਕੋਈ ਵਿਅਕਤੀ ਸਾਡੇ ਪਹਿਲਾਂ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਕੀ ਤਰੀਕੇ ਦੀ ਵਿਅਕਤਿਤਵ ਸੀ ਉਸਦੇ ਬਾਰੇ ਦਿਮਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਹਨ। ਮਾਤਾ ਜੀ ਜਾਣ ਤੋਂ ਬਾਅਦ ਆਪਣੇ ਜੋ ਮੇਰੇ ਮਨ ਦੇ ਵਿਚਾਰ ਆਏ ਆਪਣੇ ਉਹਨਾਂ ਜਿਸ ਤਰੀਕਾ ਦੇਖਿਆ ਬਹੁਤ ਹੀ ਸੁਗੜ ਸਨ, ਬਹੁਤ ਸਿਆਣੇ ਸਨ ਔਰ ਸੰਤ ਸੁਭਾਅ ਸਨ। ਹਰ ਵਕਤ ਪਰਿਵਾਰ ਦਾ ਹੀ ਬਲਕਿ ਸਾਰੇ ਸੰਸਾਰ ਦਾ ਭਲਾ ਕਰਨ ਦੇ ਆਪਣੇ ਮਨ ਦੇ ਵਿੱਚ ਵਿਚਾਰ ਰੱਖਦੇ ਸਨ। ਇਸ ਸੰਸਾਰ ਵਿੱਚ ਆ ਕੇ ਜੋ ਇੱਕ ਵਿਅਕਤੀ ਨੇ ਕਰਮ ਕਰਨਾ ਜਦੋਂ ਕਰਮ ਕੀ ਲੋਕਾਂ ਦੇ ਕਲਿਆਣ ਦਾ ਸੋ ਕਲਿਆਣ ਕਰਨ ਦੇ ਲਈ ਜਿੱਥੇ ਧਾਰਮਿਕ ਵਿਅਕਤੀ ਦੇ ਮਾਲਕ ਸਾਹਿਬ ਦੇ ਨਾਲ ਨਾਲ ਹੀ ਸਮਾਜਿਕ ਤੌਰ 'ਤੇ ਵਿਚਰਦੇ ਹਨ, ਸਮਾਜ ਦੀ ਵੀ ਸੇਵਾ ਕਰਿਆ ਕਰਦੇ ਸਨ। ਮੈਨੂੰ ਯਾਦ ਹੈ ਕਿ ਬਲੱਡ ਬੈਂਕ ਦੇ ਵਿੱਚ ਜਦੋਂ ਤੋਂ ਹੀ ਰਾਸ਼ਨ ਵਿਤਰਨ ਦਾ ਪ੍ਰੋਗਰਾਮ ਲਿਖਿਆ ਗਿਆ ਉਸ ਦਿਨ ਤੋਂ ਹੀ ਇਸ ਪਰਿਵਾਰ ਵੱਲੋਂ ਯੋਗਦਾਨ ਪਾਇਆ ਜਾਂਦਾ ਹੈ ਰਿਹਾ ਹੈ। ਔਰ ਜਦੋਂ ਸਤਿਕਾਰ ਅਨੁਸਾਰ ਮਹਿੰਦਰ ਸਿੰਘ ਜੀ ਕਾਲ ਥਾਣਾ ਕਰ ਗਏ ਉਸ ਤੋਂ ਬਾਅਦ ਅਨੁਸਾਰ ਰਜਿੰਦਰ ਸਿੰਘ ਅਵਤਾਰ ਸਿੰਘ ਜੀ ਨੇ ਆਪਣੇ ਵੱਲੋਂ ਉਸਦੇ ਵਿੱਚ ਉਹਨਾਂ ਦੀ ਜੋ ਯਾਦ ਦੇ ਵਿੱਚ ਯੋਗਦਾਨ ਪਾਇਆ ਜਾਂਦਾ ਹੈ। ਔਰ ਅੱਜ ਮੈਨੂੰ ਇਸ ਗੱਲ ਦੇ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਜਿੱਥੇ ਕਿ ਪ੍ਰਤੱਖ ਰੂਪ ਉੱਤੇ ਪਰਿਵਾਰ ਮਦਦ ਕਰਦਾ ਸੀਗਾ ਇਸ ਰਾਸ਼ਨ ਵਿਤਰਨ ਸਮਾਗਮਾਂ ਦੇ ਲਈ, ਇਹਦੇ ਨਾਲ ਨਾਲ ਹੀ ਅਪ੍ਰਤੱਖ ਰੂਪ ਦੇ ਵਿੱਚ ਸੋ ਇਸ ਪਰਿਵਾਰ ਤੋਂ ਪਰਦਾ ਰੱਖ ਕੇ ਵੀ ਇਹ ਯੋਗਦਾਨ ਪਾਉਂਦੇ ਰਹੇ ਹਨ। ਸਤਿਕਾਰਯੋਗ ਸਾਡੇ ਵਿੱਚ ਬਾਬਾ ਦਿਆਲ ਸਿੰਘ ਜੀ ਬੈਠੇ ਹਨ, ਇਹ ਦੋ ਬਿਰਧ ਆਸ਼ਰਮ ਚਲਾ ਰਹੇ ਹਨ ਬਿਰਕਾਂ ਅਤੇ ਦੂਸਰੇ ਹੋਰ ਪਿੰਡ ਦੇ ਵਿੱਚ। ਦੋਨਾਂ ਪਿੰਡਾਂ ਦੇ ਵਿੱਚ ਇਸਦੇ ਵਿਸਥਾਰ ਕਰਨ ਦੇ ਲਈ, ਇਸਦਾ ਡਿਵੈਲਪਮੈਂਟ ਕਰਨ ਦੇ ਲਈ ਸਤਿਕਾਰਯੋਗ ਮਾਤਾ ਜੀ ਦਾ ਬਹੁਤ ਯੋਗਦਾਨ ਸੀ। ਜੇ ਸਾਂਗੀ ਦੇ ਵਿੱਚ ਪਹਿਲਾ ਕਮਰਾ ਦੇਖਦੇ ਵਿਸ਼ਾਲ ਦੇ ਭਵਨ ਬਣ ਰਿਹਾ, ਪਹਿਲਾ ਕਮਰਾ ਜੇ ਬਣਾਇਆ ਤਾਂ ਸਤਿਕਾਰਯੋਗ ਮਾਤਾ ਜੀ ਨੇ ਬਣਾਇਆ, ਜਿੱਥੇ ਰਜਿੰਦਰ ਸਿੰਘ ਅਤੇ ਹਰਤਾਰ ਸਿੰਘ ਨੇ ਆਪਣੇ ਵੱਲੋਂ ਯੋਗਦਾਨ ਉਸ ਕਮਰਾ ਬਣਾਉਣ ਦੇ ਲਈ ਪਾਇਆ। ਉਸਦੇ ਨਾਲ ਨਾਲ ਹੀ ਮਾਤਾ ਜੀ ਨੇ ਆਪਣੀ ਜੇਬ ਆਪਣੀ ਨਿੱਜੀ ਕੁੰਨੀ ਦੇ ਵਿੱਚੋਂ ਬਾਬਾ ਜੀ ਸੱਦ ਕੇ ਬੈਠੇ ਨੇ ਗੱਲ ਸਾਰੀ ਗੱਲ ਯੋਜ ਕਰਨਗੇ ਕਿ ਆਪਣੇ ਕੋਲੋਂ ਉਸਦੀ ਕਮਰੇ ਦਾ ਨਿਰਮਾਣ ਕਰਨ ਲਈ ਪੈਸੇ ਦਿੱਤੇ, ਜਿਹੜੇ ਕਿ ਲੱਖਾਂ ਰੁਪਏ ਦੀ ਸੰਖਿਆ ਦੇ ਵਿੱਚ ਸਨ। ਸੋ ਜਿਸ ਦੀ ਇਹ ਗੁਰੂ ਸਤਸੰਗ ਵਿੱਚ ਅੱਜ ਅਸੀਂ ਮੈਂ ਕਹਿ ਸਕਦਾ ਕਿ ਮੇਰਾ ਆਪਣਾ ਪਰਿਵਾਰ, ਮੇਰੀ ਆਪਣੀ ਮਾਤਾ ਮੋਤੀ ਕੋਟ ਦੀ ਯਾਦ ਨਾਲ ਬੈਠੇ ਨੇ, ਸਵਰਗੀ ਸਾਧੂ ਜਿੰਦਰ ਸਿੰਘ ਜੀ ਇੱਕ ਪ੍ਰੇਰਨਾ ਦੇ ਸੋਚ ਸਨ, ਜੋ ਕੁਛ ਸਾਹਿਬ ਜਿਸ ਉਹਨਾਂ ਨੇ ਕਿਹਾ, ਜਿਹੜਾ ਜਿਹਨਾਂ ਦਾ ਨਾਂ ਲਿਆ, ਜਿਹਨਾਂ ਜਿਹਨਾਂ ਸੰਸਥਾਵਾਂ ਦਾ ਨਾਂ ਲਿਆ, ਧਾਰਮਿਕ ਸਨ, ਸਮਾਜਿਕ ਸਨ। ਇਸ ਪਰਿਵਾਰ ਸਰ ਅਵਤਾਰ ਸਿੰਘ, ਸਰ ਜਿੰਦਰ ਸਿੰਘ ਉਹਨਾਂ ਦੇ ਘਰੋਂ ਤਲ ਪਤਨੀਆਂ, ਬੱਚੇ ਬੱਚੀਆਂ ਸਾਰੇ ਇੱਕ ਮੁੱਠੋ ਕੇ ਮਾਤਾ ਪਿਤਾ ਦੇ ਸੰਦੇਸ਼ ਨੂੰ ਉਹਨਾਂ ਹਮੇਸ਼ਾ ਅੱਗੇ ਤੋਰੇ। ਮੇਰੇ ਲਈ ਇਹ ਪਰਿਵਾਰ ਪ੍ਰੇਰਨਾ ਦਾ ਸਰੋਤ ਹੈ।
चौबी घंटे अखा के सामने बाहर आना माता जी ने मत्था टेकना हाल चाल पूछना बहुत बड़ी अटल भाई साहब जी ने बड़े गुरमत विचार के नाम आप जी ने शब्द साझे किए ज्यादा नहीं बोलने समझ लगे ध्यान जी बैठे बहुत अटल दुख सुख शरीर के कपड़े कोई भोगे सब ने भोगना मौत कितना हो कारण सी की बीमारी सी किड़े हालात स परिवार ने सामने नशे होना भी किले समय जो बीमारी सी माता जी में जो प्रॉब्लम सी उसनों खिड़े मत्थे बर्दाश्त करके माता पिता समझ के परमेश्वर समझ के क्योंकि सब तो पहला माना पता ही जन्म ने उन्होंने सेवा की मैं बैठा बैठा सोच रहा सी कि कहाँ सानू सिखाउण नूं मिल पैण मैं सीन बारे गल करा कबीर बेड़ा जिहड़ा जिंदगी का बेड़ा बूटे छिक जा हरिया हरिया बच गए जिन्हें हरि के नाम लेने से डूबे जो सिख पा जिन्हें माया का बोझ सी संसार बोझ सी डूब ये सीट जितनी है इसमें जल पहुंचे आए ये जीव जजरी है जिसको लोहे ने जगा लगता लकड़ी खराब हो जाए ये सीर जजरी है इसको जल पहुंचे आए और राकेश से उठ के बुरे और मर जमे आए जिन्हें देखो ये बख्शिश होती है उन्होंने पैसा आत्मा ने पंज तक देता एक छेवा तक है जिसने कोशिश है पंज तक के नाम इसने अपना मेल करना सिमरन भजन संगत गुरु की सेवा माता पिता की सेवा बच्चों प्यार कुछ जिथे जिंदगी हस के प्रवान करना उसे मौत को भी हस के प्रवान करना उस पता है समना सहरे दोना सब धन हार नाम धन सागनी जेदा उसी मालिक नाल प्यार दिल सोना प्यार इंसान की कोशिश रही है किसी भी धर्म मानना हो चित्र होया भाई साहब ने कि मैं उस जोत परम जोत के नाल डट जावां जिथों मैं आया सी जिथों मेरी शुरुआत हुई सी वो अटल लाइट जो गुरु की लाइट है जो गुरु के चरण ने हमेशा ही सदी अपने आप उन्होंने समर्पण कर दिया और मेरा जिंदगी मौत है उस वक्त जिस बारे बड़ा जिक्र है गुरु ग्रंथ साहब के गल करने वास्ते इसको खत्म कर दिया ज्यादा शब्द नहीं कहने सारी अरदास बैठे हो शामिल हो अकेला शब्द है जो भाई साहब आप जी साझा कर रहे समय संगत साहब मिलकर पाओ तो एक सधारण जिंदगी की उदाहरण एक ब्याह कोई तैयार हो गया किस तरह गुरु नानक देव जी ने अपने शब्द के बच्चे संबंध किया विस्तार से जाना संगत साहब लिखा मेरा पाने पर जो सिद्ध श्री जो गुरु साहब समय हर घर पहुंचा सदरे ने भगवान सब आए मौत सदर हर घर पहुंचा सदरे ने भगवान सदर हार सुनिए नानक से सदर हार सुनिए नानक से बख्शिश करे माता पिता सारे नशे माता मतिया को हमेशा से खंडे प्रयास ये प्रभाव समाजिक सेवा गुरु घर की सेवा अनाथा की सेवा बेसहारा की सेवा हमेशा करता रहे ये मेरी अरदास है हम चढ़ती चढ़ा कुछ इस परिवार में कुछ परिवार में सामने दसवें मनोर परिवार में सारे दोस्त मित्र रिश्तेदार धार्मिक संस्थाओं के मुखी समाजिक संस्थाओं के मुखी फुआड़े सारे राजनीतिक जिन्हें सज्जना ने हारी पड़ी है सब परिवार किरदे तो बहुत बहुत धन्यवाद संध्या सिंह जी आई उन्होंने बैठ के प्रकाश की चढ़ी कड़ा बख्शा परिवार वाला लंगर की सेवा जो आप श्री माता जी के रात लंगर आप जी ने तैयार किया छक के जाओ ये परिवार को बेनती है गुरु चढ़ी कड़ा बख्शा वाहेगुरु जी का खालसा वाहेगुरु जी का एसोसीएशन सुदेश कलीजा जी परिवार के संघी हम परिवार के मैंबर हम एक हम वो आप ही बैठे हैं
बीजेपी मंडल कुवाड़ा श्री के सरदाना जी जो कि ब्लड बैंक के चेयरमैन हैं ब्लड बैंक के इन इस परिवार के सहयोग और माता जी जाने के बाद इन्होंने दुख साझा कर रहे हैं। साहब सुखबीर सिंह सरदार जरनैल सिंह जी वाहिद जो कि शुगर मिल के मालिक हैं उन्होंने वालों भी इस परिवार के नाम दुख साझा किया जा रहा है। सरदार श्री रतन लाल जी कलड़ा सर महेंद्र सिंह कलड़ा वाले जिन्हों के ये साथी सन उन्होंने वालों वन भी परिवार के नाम दुख साझा किया जा रहा है। बाबा दयाल सिंह जी बिरध आश्रम के जिहड़े कि प्रधान हैं वो भी साढ़े विराजमान सरबीर सिंह जी वालिया साहब जी जिहड़े इस गुरुद्वारा साहब के मुख्य सेवादार हैं। कलौथ मर्चेंट एसोसीएशन सुरिंदर सिंह नारंग आप भी उपस्थित हैं अपने मैंबर के नाल। उन्नत जोत आई डोनेशन एसोसीएशन अशोक मेहरा जी से थोड़ा जहा बेनती करना चाहवागा कि जिस टाइम पर माता जी चढ़ाई कर गए माता जी चढ़ाई करने के बाद सरजिंदर सिंह अवतार सिंह का इच्छा से कि माता जी याद नहीं बल्कि वो हमेशा हमेशा ही रहन हमेशा हमेशा संसार में देखते रहन। तो इन्होंने कोशिश की कि इन्हों अखा दान कर दी जा सो कुछ एक अजिंह अड़कन सी जिड़िया कि अड़कन दूर ना हो सकिया इस करके इन्हों अखा दान नहीं कि पर वह करवा कि अखा दान कराते हैं। अशोक मेहरा जी अगर डॉक्टर अमीश लुधियाने वाले ने उन्होंने कहा कि परिवार का धन्यवाद करते हो कि साढ़े वालों कोई खामी सी असी इन्होंने अखा लैन नहीं आ सके पर इस परिवार ने जो अपने मन के पुरना पुरिया तो पंजाब धारण कर रहा इन वालों ये है कि इन्होंने दान कर दिया असी लैनी है। सो ये इन्फॉर्मेशन लगा दीपक जे दिल्ली ब्रोकर को भी उन्होंने अशोक मदा है दविंदर सतरा म्यूनसिपल काउंसिल इस तरीके बहुत सारे व्यापारी भरा परिवार लुधियाना जलंधर गढ़ शंकर हुशियारपुर तो आए जी उन्होंने वालों भी अशोक मदे हैं। प्रेजिडेंट साहब मोहन सिंह जी गुरुद्वारा निम्बों वाले गुरु नानक सतसंग घर जिथे कि माता जी जयागढ़ साढ़े भैन जी भी विराजमान ने न्यू मल टाउन जी रणजीत खुराने डिप्टी मेयर जे के हांडा कोल्ड स्टोर के मालिक विनोद हांडा जी उन्होंने मता मिले है। राम जट्टा जी साहब महेंद्र सिंह के साथी सन तो इन सारिया का ही बहुत बहुत धन्यवाद किया जाता है। और जिस तरह सरकार ने मान साहब ने बेनती की है पहला प्रसाद प्रसाद तो बाद सब ने प्रसाद टैके रहना है उल्टों गलतियां माफी देनी थी। वाहेगुरू का खालसा।